ਉਹਨੂੰ ਆਪਾਂ ਰਾਜਨੀਤਿਕ ਤੌਰ 'ਤੇ ਨਹੀਂ ਦੇਖਣਾ ਚਾਹੀਦਾ। ਆਹ ਹੁਣ ਅੱਜ ਜੇ ਅਸੀਂ ਇਹਨਾਂ ਨੇ ਕਸਮ ਖਾਧੀ ਹੈ ਤਾਂ ਉਹਨੇ ਦੇਸ਼ ਦੀ ਅਖੰਡਤਾ ਲਈ ਖਾਧੀ ਹੈ, ਨਾ ਕਿ ਕਾਂਗਰਸ ਦੇ ਲਈ। ਮੈਂ ਮਨਿਸਟਰ ਹਾਂ ਇਸ ਟਾਈਮ। ਇਹ ਜਿਹੜੀਆਂ ਚੀਜ਼ਾਂ ਨੇ ਬੇਬੁਨਿਆਦ ਨੇ ਔਰ ਇਹੋ ਜਿਹੇ ਐਲੀਗੇਸ਼ਨ ਲਾਉਣੇ ਬੇਸਲੈਸ ਨੇ। ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ SIT 'ਚੋਂ ਕਦੀ ਵੀ ਨਹੀਂ ਕੱਢਿਆ ਗਿਆ। ਆਰਡਰ ਪੜ੍ਹੋ, ਓਕੂ 'ਚੋਂ ਉਹਨੂੰ ਵਿਦਡਰਾਅ ਕੀਤਾ ਗਿਆ ਸੀ ਟਾਈਮ ਦੇ ਲਈ ਔਰ SIT 'ਚ ਕਿਤੇ ਵੀ ਕਿਸੇ ਆਰਡਰ 'ਚ ਨਹੀਂ ਲਿਖਿਆ ਗਿਆ ਅਤੇ ਇਹਨੂੰ ਅਸੀਂ SIT 'ਚੋਂ ਵਾਪਸ ਲੈਂਦੇ ਹਾਂ ਜੀ। ਉਹਦੀ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਆਰਡਰ ਜਿਹੜੇ ਨੇ ਕਲੀਅਰ ਨੇ। ਦੂਸਰੀ ਚੀਜ਼, 23 ਤਰੀਕ ਨੂੰ ਇਹਦਾ ਚਲਾਨ ਪੇਸ਼ ਕਰ ਦਿੱਤਾ ਗਿਆ ਔਰ ਜਿਹੜਾ 3-4 ਦਿਨ ਜਿਹੜਾ ਕੋਰਟ ਨੇ ਦੇਖਣਾ ਹੁੰਦਾ, ਉਹਨੇ ਜਿਹੜੇ ਕੋਈ ਓਬਜੈਕਸ਼ਨ ਲਾਉਣੀ ਸੀ 27 ਤਰੀਕ ਨੂੰ ਉਹਨੇ ਉਹ ਜਿਹੜਾ ਚਲਾਨ ਹੈ ਐਕਸੈਪਟ ਕਰ ਲਿਆ। ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਫਿਰ ਕੋਰਟ ਨੇ ਚਲਾਨ ਜਿਹੜਾ ਐਕਸੈਪਟ ਹੀ ਕੋਈ ਕਰਨਾ ਸੀ। ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ, ਕਿਸੇ ਸਾਡੀ SIT ਦੇ ਵਿੱਚ ਕੋਈ ਡਿਫਰੈਂਸਿਸ ਨਹੀਂ ਗੇ, ਕੋਈ ਚੀਜ਼ ਨਹੀਂ ਗੀ। ਇਹ ਸਾਰੀਆਂ ਬੇਬੁਨਿਆਦ ਅਤੇ ਉਹ ਬੰਦੇ ਗੱਲਾਂ ਕਰਨੇ ਨੇ ਬਾਦਲ ਕੇ ਜਾਂ ਹੋਰ ਕੋਈ ਉਹ ਕਰ ਰਹੇ ਨੇ ਜਿਨ੍ਹਾਂ ਨੂੰ ਇਹਦੇ 'ਚ ਪੂਰਾ ਡਰ ਹੈ ਕਿ ਸਾਡਾ ਜਿਹੜਾ ਜੋ ਸੀਗਾ ਮੁਖੌਟਾ ਉੱਤਰ ਗਿਆ ਉਹ ਲੋਕਾਂ ਦੇ ਸਾਹਮਣੇ ਅਸੀਂ ਲੈਣ ਦਾ। ਔਰ ਕੈਪਟਨ ਸਾਹਿਬ ਨੇ ਇੱਕ ਸਭ ਤੋਂ ਵਧੀਆ ਗੱਲ ਕੀਤੀ ਕਿ ਉਹਨਾਂ ਨੇ ਅਰੈਸਟ ਕਰਨ ਦੀ ਬਜਾਏ ਇਹਨਾਂ ਦਾ ਚਲਾਨ ਪੇਸ਼ ਕੀਤਾ ਗਿਆ। ਕੋਰਟ ਦੇਖੇਗੀ, ਹੁਣ ਕੋਰਟ ਨੇ ਦੇਖਣਾ ਕਿ ਇਹ ਗਿਲਟੀ ਨੇ ਕਿ ਕੌਣ ਨੇ। ਇਹ ਜਾ ਕੇ ਕੋਰਟ 'ਚ ਗੱਲਾਂ ਕਰਨ, ਇਹਨਾਂ ਨੂੰ ਅਖਬਾਰਾਂ 'ਚ ਜਾਂ ਇੱਦਾਂ ਜਿਹੜੀ ਹਾਈਪ ਕ੍ਰੀਏਟ ਕਰ ਰਹੇ ਇਹ ਬੰਦ ਹੋਣੀ ਚਾਹੀਦੀ ਆ। ਔਰ ਜਿਹੜੀ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਬੇਅਦਬੀ ਕੀਤੀ ਹੈ ਜਾਂ ਜਿੰਨਾ ਬਾਈਬਲ ਕਲਾਂ 'ਚ ਉਹਨਾਂ ਨੂੰ ਮੰਗਿਆ ਕਰਾਂਗੇ, ਉਹ ਅਸੀਂ ਅੱਜ ਕਚਹਿਰੀ 'ਚ ਖੜ੍ਹੇ ਕਰ ਦਿੱਤੇ। ਹੁਣ ਕੋਰਟ ਦਾ ਕੰਮ ਇਹਨਾਂ ਨੂੰ ਸਜ਼ਾ ਦੇ। ਜੀ ਸਰ, ਨਸ਼ੇ ਦੀ ਗੱਲ ਕੀਤੀ ਹੈ ਕਿ ਅਮਰਿੰਦਰ ਸਿੰਘ ਨੇ ਕੱਲ੍ਹ ਕੇਂਦਰ ਸਰਕਾਰ ਨੂੰ ਮੋਦੀ ਜੀ ਨੂੰ ਸਪੈਸ਼ਲ ਪੱਤਰ ਲਿਖਿਆ ਵੀ ਜਿਹੜੀ ਆਰਥਿਕ ਮੋਦੀ ਕੀਤੀ ਜਾਵੇ। ਗੱਲ ਨਸ਼ੇ ਦੀ ਦੁਬਾਰਾ ਤੋਂ ਚੱਲੀਏ ਸਰ, 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ੇ ਦੇ ਸੀਗੇ, ਕੀ ਲੱਗਦਾ ਗਰਾਊਂਡ ਜ਼ੀਰੋ ਦੇ ਕੰਮ ਆਏ ਨੇ? ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਨਸ਼ੇ ਦੇ ਅਗੇਂਸਟ ਬਹੁਤ ਕੰਮ ਕੀਤਾ ਗਿਆ। ਅਸੀਂ ਬੈਕਬੋਨ ਤੋੜ ਦਿੱਤੀ ਹੈ, ਪਰ ਗਵਰਨਮੈਂਟ ਆਫ ਇੰਡੀਆ ਨੂੰ ਵੀ ਜਿਹੜੀ ਜਿਵੇਂ ਬਾਹਰ ਦੀਆਂ ਸਟੇਟਾਂ ਤੋਂ ਤੁਸੀਂ ਵੇਖਦੇ ਹੋ ਕਿ ਦਿੱਲੀ ਤੋਂ ਕਿੰਨਾ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਰਿਹਾ, ਇਹ ਗਵਰਨਮੈਂਟ ਆਫ ਪੰਜਾਬ ਦਾ ਕੰਮ ਨਹੀਂ, ਉਹਨਾਂ ਦਾ ਵੀ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਵੀ ਕੰਮ ਹੈ ਕਿ ਉਹਨਾਂ ਦਾ ਨਾਰਕੋਟਿਕ ਸੈੱਲ ਜਿਹੜਾ ਉਹਨੂੰ ਹੋਰ ਸਟਰੈਂਥਨ ਕਰਨ। ਪਿੱਛੇ ਜਿਹੜੀ ਤੁਸੀਂ ਵੇਖਣਾ ਕਿ ਕਿੰਨੀ ਕਿੰਨੀ ਕੰਸਾਈਨਮੈਂਟ ਮੇਰੇ ਖਿਆਲ ਇੱਕ ਕੋਈ ਗੁਜਰਾਤ ਸਾਈਡ ਤੋਂ ਵੀ ਪੰਜਾਬ ਨੂੰ ਜਿਹੜੀ ਫੜੇਗੀ ਰਸਤੇ ਦੇ ਵਿੱਚ, ਅਤੇ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਗੁਜਰਾਤ 'ਚ ਜਾ ਕੇ ਨਹੀਂ ਫੜ ਸਕਦਾ, ਉਹ ਤਾਂ ਗਵਰਨਮੈਂਟ ਆਫ ਇੰਡੀਆ ਫੜੇਗੀ। ਅਤੇ ਜਿਹੜੀਆਂ ਹੋਰਨਾਂ ਸਟੇਟਾਂ ਦੇ ਵਿੱਚ ਵੀ ਸਾਡੀ ਪੰਜਾਬ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਲਿਖਾਂਗੇ, ਲਿਖਿਆ ਵੀ ਆ ਔਰ ਗਾਂਹ ਅੱਗੇ ਵੀ ਕਰਦੇ ਰਹਾਂਗੇ ਕਿ ਪੰਜਾਬ ਦੀ ਸਾਡਾ ਰਾਈਟ ਆ ਅਤੇ ਉਹਨਾਂ ਕੋਲ ਨਸ਼ੇ ਬੰਦ ਕਰਨਾ। ਗਵਰਨਮੈਂਟ ਆਫ ਇੰਡੀਆ ਨੂੰ ਇਹਦੇ ਵਿੱਚ ਆਪ ਅੱਗੇ ਆਉਣਾ ਪਏਗਾ ਔਰ ਤਾਂ ਹੀ ਅਸੀਂ ਕਰਾਂਗੇ। ਅਸੀਂ ਜਿਹੜੇ ਪੰਜਾਬ ਦੇ ਇਹ ਤਾਂ ਅਸੀਂ ਬੰਦ ਕਰ ਦਿੱਤਾ, ਅਤੇ ਜੇ ਕੋਈ ਬਾਹਰੋਂ ਇੰਪੋਰਟ ਹੁੰਦਾ ਤਾਂ ਇਹ ਤਾਂ ਉਹਨਾਂ ਦੇਖਣ, ਜਿਹੜਾ ਸਾਡੇ ਕੋਈ ਆ ਜਾਂਦਾ ਅਸੀਂ ਉਹਨੂੰ ਮੇਰੇ ਖਿਆਲ ਜੇਲ੍ਹਾਂ ਜਿਹੜੀਆਂ ਭਰੀਆਂ ਪਈਆਂ ਨੇ ਇਹਨਾਂ ਨਾਲ ਹੀ ਜ਼ਿਆਦਾ ਬੰਦੇ ਜਿਹੜੇ ਜਿਹਨਾਂ ਇਹ ਡਰੱਗਸ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ। ਤੁਸੀਂ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਨੇ ਆਰਥਿਕ ਸਹਾਇਤਾ ਮੰਗੀ ਹੈ, ਆਰਥਿਕ ਸਹਾਇਤਾ ਉਹਨਾਂ ਨੂੰ ਦੇਣੀ ਬਣਦੀ ਹੈ ਸਾਨੂੰ ਪੰਜਾਬ ਨੂੰ, ਕੇਂਦਰ ਸਰਕਾਰ ਨੂੰ ਬਣਦੀ ਆ ਔਰ ਹਮੇਸ਼ਾ ਹੀ ਹਰ ਸਟੇਟ ਜਿਹੜੀ ਆ ਉਹਨੂੰ ਜਿਹੜੀ ਆ ਕੇਂਦਰ ਸਰਕਾਰ ਦੇ ਪੈਸੇ ਦੇ ਨਾਲ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਚੱਲਦੀਆਂ ਨੇ। ਜਿੰਨੇ ਕਿ ਸਾਡੇ ਕੋਲ ਜਨਰੇਟ ਹੈਗੇ ਫੰਡ ਜਿੰਨੇ ਅਸੀਂ ਜਿੰਨੇ ਕਰ ਸਕਦੇ ਹਾਂ ਰੈਵਨਿਊ ਜਨਰੇਟ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ। ਅੱਜ ਤੱਕ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਈਵਨ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਜਿਹੜੀ ਆ ਰਹੀ ਆ ਉਹਦੇ ਲਈ ਵੀ ਗਵਰਨਮੈਂਟ ਆਫ ਇੰਡੀਆ ਨੇ ਸਿਰਫ ਇੱਕ ਕੋਰੀਡੋਰ ਲਈ ਜਿਹੜਾ ਬਣ ਰਿਹਾ ਉਹਦੇ ਲਈ ਜਿਹੜੇ ਪੈਸੇ ਫੰਡਸ ਆਏ ਨੇ, ਬਾਕੀ ਪੰਜਾਬ ਦੀ ਡਿਵੈਲਪਮੈਂਟ ਲਈ ਜਾਂ ਉਹਨਾਂ ਸ਼ਹਿਰਾਂ ਦੀ ਡਿਵੈਲਪਮੈਂਟ ਲਈ, ਸੁਲਤਾਨਪੁਰ ਲੋਧੀ ਲਈ, ਬਟਾਲੇ ਲਈ, ਡੇਰਾ ਬਾਬਾ ਨਾਨਕ ਲਈ, ਅੱਜ ਤੱਕ ਗਵਰਨਮੈਂਟ ਆਫ ਇੰਡੀਆ ਨੇ ਇੱਕ ਪੈਸਾ ਨਹੀਂ ਦਿੱਤਾ। ਸਰ, ਇੱਕ ਕਮੇਟੀ ਬਣਾਈ ਤੁਸੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਕਮੇਟੀ ਨਸ਼ੇ ਨੂੰ ਰੋਕਣ ਲਈ, ਸਰ ਉਹ ਚੱਲ ਰਹੀ ਹੈ ਕਮੇਟੀ, ਕਿੱਥੇ ਤੱਕ ਪਹੁੰਚ ਗਈ? ਕੈਪਟਨ ਸਾਹਿਬ ਨੂੰ ਪਤਾ ਹੋਣਾ, ਮੈਂ ਉਹਦੇ ਬਾਰੇ ਇੰਨਾ। ਆਮ ਆਦਮੀ ਪਾਰਟੀ ਦੀ ਗੱਲ ਕਰੀ ਜਾਵੇ ਤਾਂ ਚੀਮੇ ਨੇ ਕਿਹਾ ਕੱਲ੍ਹ ਵੀ
ਅਸੀਂ ਸਾਰੇ ਇਕੱਠੇ ਦੁਆਰ ਤੋਂ ਹੋਵਾਂਗੇ ਜਿਹੜੇ ਰੁੱਠੇ ਵਿਆਹ ਮਨਾ ਲਾਂਗੇ, ਅਗਰ ਇਕੱਠੇ ਹੋ ਜਾਂਦੇ ਲੱਗਦਾ 2000 ਪਹਿਲਾਂ ਵੀ ਇਕੱਠੇ ਹੋਣ ਨਾ ਹੋਣ ਇਹ ਤਾਂ ਜਿਹੜੇ ਇੱਕ ਵਾਰ ਖਿਲੜਗੇ ਦੁਬਾਰਾ ਇਹੋ ਜਿਹੇ ਇਕੱਠੇ ਨਹੀਂ ਹੁੰਦੇ, ਜਿਹੜੀ ਗੱਲ ਉਹ ਕਰਨੀ ਜਿਹੜੇ ਜੋ ਉਹਨਾਂ ਦੀ ਪਰਫੋਰਮੈਂਸ ਆਈ ਆ ਉਹਦੇ 'ਤੇ ਉਹ ਗੱਲ ਕਰਨ, ਇਕੱਠੇ ਹੋਣਾ ਜਾਂ ਨਾ ਹੋਣਾ ਇਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਵੀ ਇਕੱਠੇ ਸੀਗੇ ਅਤੇ ਉਸ ਵੇਲੇ ਵੀ ਇੰਨਾ ਕੁ ਰੌਲਾ ਪਾਤਾ ਕਿ ਕਾਂਗਰਸ ਬਿਲਕੁਲ ਨਹੀਂ ਆਏਗੀ ਵੀ ਆਏਗੀ, ਅਤੇ ਅਸੀਂ 78 ਆਏ ਹਾਂ, ਜੇ ਹੁਣ ਵੀ ਇਕੱਠੇ ਹੋ ਜਾਣਗੇ ਅਸੀਂ ਸ਼ਾਇਦ 85 ਆ ਜਾਈਏ। ਮੈਂ ਹਰ ਨਸ਼ੇ ਦੇ ਅਗੇਂਸਟ ਜੀ, ਮੇਰੇ ਲਈ ਹਰ ਨਸ਼ਾ ਮੇਰੇ ਲਈ ਚਾਹੇ ਰਵਾਇਤੀ ਨਸ਼ਾ ਜਾਂ ਕੋਈ ਨਸ਼ਾ, ਸਾਡੇ ਗੁਰੂ ਸਾਹਿਬ ਨੇ ਜਿਹੜੇ ਗੁਰਬਾਣੀ ਦੇ ਵਿੱਚ ਵੇਖੋ ਉਹਨਾਂ ਨੇ ਹਰ ਨਸ਼ੇ ਦੇ ਅਗੇਂਸਟ ਗੱਲ ਕੀਤੀ ਹੈ। ਕਿਸੇ ਵੀ ਪੰਜਾਬੀ ਨੂੰ ਕਦੀ ਵੀ ਨਸ਼ੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਜਿਹੜਾ ਪੰਜਾਬੀ ਨਸ਼ੇ ਦੀ ਗੱਲ ਕਰਦਾ ਇਹ ਗੁਰੂ ਤੋਂ ਬੇਮੁੱਖ ਹੋ ਕੇ ਗੱਲਾਂ ਕਰਦਾ, ਸੁਲਝੀ ਆਈ ਆ ਉਹਦੇ 'ਚ ਕੋਈ ਗੱਲਬਾਤ ਹੀ ਨਹੀਂ, ਜੇ ਕੋਈ ਵਿਗੜਿਆ ਹੁੰਦਾ ਤਾਂ ਹੁਣ ਤੱਕ ਵਿਗੜ ਜਾਣਾ ਕੋਈ।